ਖਬਰ ਸੂਰਤ ਨੇ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਜੀ ਫਸਟ ਓਪੀਨੀਅਨ ਕੀ ਆ ਅੰਮ੍ਰਿਤਪਾਲ ਨੂੰ ਲੈ ਕੇ ਕਿਉਂਕਿ ਜੋ ਸੋਚ ਲੋਕਾਂ ਦੀ ਉਹ ਤਾਂ ਖਤਮ ਹੋ ਰਹੀ ਹੈ ਕਿਉਂਕਿ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਅੰਮ੍ਰਿਤਪਾਲ ਨੂੰ ਕਿਸ ਨਜ਼ਰੀਏ ਨਾਲ ਵੇਖਿਆ ਜਾਵੇ। ਕਈ ਲੋਕ ਏਜੰਸੀਆਂ ਕਹਿ ਰਹੇ ਨੇ, ਕੋਈ ਲੋਕ ਕੁਝ ਕਹਿ ਰਹੇ ਨੇ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਭਾਈ ਅੰਮ੍ਰਿਤਪਾਲ? ਨਹੀਂ, ਸਾਨੂੰ ਤਾਂ ਉਹਨਾਂ ਦੇ ਵਿਚਾਰ ਬਹੁਤ ਵਧੀਆ ਲੱਗਦੇ ਨੇ, ਸਾਡੇ ਤੋਂ ਉਤਸ਼ਾਹ ਵੱਧਦਾ ਵਾ। ਅਸੀਂ ਸਾਡੇ ਵੀਰਾਂ ਨੂੰ ਵੀ, ਹੋਰ ਭੈਣਾਂ ਨੂੰ ਵੀ ਕਹਿੰਦੇ ਆ ਕਿ ਤੁਸੀਂ ਅੰਮ੍ਰਿਤ ਛਕੋ, ਸਿੰਘ ਸਜੋ, ਤੇ ਆਪਾਂ ਨਾਲ ਭਾਈ ਸਾਹਿਬ ਜੀ ਖੜੇ ਹੋਈਏ। ਤੇ ਤੁਸੀਂ ਬਾਹਰੋਂ ਵਿਦੇਸ਼ ਤੋਂ ਆਏ ਹੋ ਤੁਸੀਂ? ਹਾਂਜੀ, ਮੈਂ ਜਰਮਨੀ ਤੋਂ ਜੀ। ਜਰਮਨੀ ਤੋਂ ਆਏ ਸਪੈਸ਼ਲ ਤੌਰ ਤੇ ਹੁਣ ਵੀਰ ਹੁਣਾਂ ਨੂੰ ਮਿਲਣ ਵਾਸਤੇ ਪਹੁੰਚੇ? ਹਾਂਜੀ, ਉਦਾਂ ਸੀ ਇੰਡੀਆ ਦੇ ਤੌਰ ਤੇ ਆਏ ਸੀ ਤੇ ਸਾਨੂੰ ਪਤਾ ਲੱਗ ਗਿਆ ਕਿ ਭਾਈ ਸਾਹਿਬ ਜੀ ਆ ਰਹੇ ਆ ਤੇ ਅਸੀਂ ਉਹਨਾਂ ਦੇ ਬਸ ਵੇਟਾਂ 'ਚ ਆ। ਅਕਸਰ ਹੀ ਦੇਸ਼ ਤੇ ਵਿਦੇਸ਼ ਦੇ ਵਿੱਚ ਇਹੀ ਫਰਕ ਰਹਿੰਦਾ ਹੈ। ਜਦੋਂ ਅਸੀਂ ਰੈਫਰੈਂਡਮ ਦੀ ਗੱਲ ਕਰਦੇ ਹਾਂ ਤੇ ਉਦੋਂ ਵਿਦੇਸ਼ 'ਚ ਆਵਾਜ਼ ਚੁੱਕੀ ਜਾਂਦੀ ਤੇ ਪੋਲਿੰਗ ਵੀ ਹੋ ਜਾਂਦੀ ਹੈ, ਲੇਕਿਨ ਸਾਨੂੰ ਆਪਣੇ ਦੇਸ਼ ਵਿੱਚ ਰੈਫਰੈਂਡਮ ਨਹੀਂ ਮਿਲ ਪਾ ਰਿਹਾ। ਕੀ ਲੱਗਦਾ ਕਿ ਡੈਮੋਕ੍ਰੇਸੀ ਦਾ ਕਹਾਣ ਨਹੀਂ ਲੱਗਦਾ ਤੁਹਾਨੂੰ? ਉਹ ਤਾਂ ਹੈ ਹੀ ਆ, ਇੰਡੀਆ 'ਚ ਡੈਮੋਕ੍ਰੇਸੀ ਹੈ ਹੀ ਨਹੀਂ, ਉਹ ਤਾਂ ਸ਼ਰੇਆਮ ਦਿਸਦਾ ਵਾ। ਡੈਮੋਕ੍ਰੇਸੀ ਦੇ ਬਾਹਰ ਹੈਗੀ ਆ, ਬਾਕੀ ਉਹ ਜਿਹੀ ਸਰਕਾਰ ਜਿਹੜੀ ਇੱਥੇ ਦੀ ਹੈਗੀ ਆ, ਅਸੀਂ ਕੀ ਕਰ ਸਕਦੇ ਹਾਂ? ਅਸੀਂ ਨਾਲ ਖੜੇ ਹਾਂ ਭਾਈ ਸਾਹਿਬ ਜੀ ਦੇ, ਨਾਲ ਖੜੇ ਰਵਾਂਗੇ। ਅਕਸਰ ਹੀ ਸਰਕਾਰਾਂ ਬਣਾਉਣ ਵਿੱਚ NRIs ਦਾ ਬੜਾ ਵੱਡਾ ਰੋਲ ਹੁੰਦਾ ਆ। ਕੀ ਲੱਗਦਾ ਕਿ ਹੁਣ NRIs ਜਿਹੜੇ ਆ ਅੰਮ੍ਰਿਤਪਾਲ ਦਾ ਸਾਥ ਦੇਣਗੇ? ਹਾਂਜੀ, ਜ਼ਰੂਰ ਦੇਣਗੇ। ਸਾਰੇ ਵਰਲਡ ਵਾਈਡ, ਜਰਮਨੀ, ਯੂਰਪ 'ਚ ਜਿੱਥੇ ਵੀ ਜਾਓਗੇ ਤੁਸੀਂ ਅੰਮ੍ਰਿਤਪਾਲ ਸਿੰਘ ਦੇ ਵੀਡੀਓ ਸੁਣਦੀਆਂ ਵਾ ਤੇ ਭਾਈ ਸਾਹਿਬ ਜੀ ਨਾਲ ਸਾਰੇ ਖੜੇ ਆ। ਤੇ ਜੇ ਜ਼ਰੂਰਤ ਪਈ ਤੇ ਆਨੰਦਪੁਰ ਸਾਹਿਬ ਪਹੁੰਚਿਆ ਜਾਏਗਾ ਜੀ? ਜ਼ਰੂਰ, ਜੇ ਜ਼ਰੂਰ ਪਊਗੀ ਤੇ ਸਿੰਘ ਆਉਣਗੇ ਸਾਰੇ। ਖਬਰ ਸੂਰਤ ਨੇ ਵੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀ ਜੀ ਫਸਟ ਓਪੀਨੀਅਨ ਕੀ ਆ ਅੰਮ੍ਰਿਤਪਾਲ ਨੂੰ ਲੈ ਕੇ, ਕਿਉਂਕਿ ਜੋ ਸੋਚ ਲੋਕਾਂ ਦੀ ਉਹ ਤਾਂ ਖਤਮ ਹੋ ਰਹੀ ਹੈ ਕਿਉਂਕਿ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਅੰਮ੍ਰਿਤਪਾਲ ਨੂੰ ਕਿਸ ਨਜ਼ਰੀਏ ਨਾਲ ਵੇਖਿਆ ਜਾਵੇ? ਕਈ ਲੋਕ ਏਜੰਸੀਆਂ ਕਹਿ ਰਹੇ ਨੇ, ਕੋਈ ਲੋਕ ਕੁਝ ਕਹਿ ਰਹੇ ਨੇ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਭਾਈ ਅੰਮ੍ਰਿਤਪਾਲ? ਨਹੀਂ, ਸਾਨੂੰ ਤਾਂ ਉਹਨਾਂ ਦੇ ਵਿਚਾਰ ਬਹੁਤ ਵਧੀਆ ਲੱਗਦੇ ਨੇ, ਸਾਡੇ ਤੋਂ ਉਤਸ਼ਾਹ ਵੱਧਦਾ ਵਾ। ਅਸੀਂ ਸਾਡੇ ਵੀਰਾਂ ਨੂੰ ਵੀ, ਹੋਰ ਭੈਣਾਂ ਨੂੰ ਵੀ ਕਹਿੰਦੇ ਆ ਕਿ ਤੁਸੀਂ ਅੰਮ੍ਰਿਤ ਛਕੋ, ਸਿੰਘ ਸਜੋ, ਤੇ ਆਪਾਂ ਨਾਲ ਭਾਈ ਸਾਹਿਬ ਜੀ ਖੜੇ ਹੋਈਏ। ਹਾਂਜੀ, ਤੇ ਤੁਸੀਂ ਬਾਹਰੋਂ ਵਿਦੇਸ਼ ਤੋਂ ਆਏ ਹੋ ਤੁਸੀਂ? ਹਾਂਜੀ, ਮੈਂ ਜਰਮਨੀ ਤੋਂ ਜੀ। ਜਰਮਨੀ ਤੋਂ ਆਏ ਸਪੈਸ਼ਲ ਤੌਰ ਤੇ ਹੁਣ ਵੀਰ ਹੁਣਾਂ ਨੂੰ ਮਿਲਣ ਵਾਸਤੇ ਪਹੁੰਚੇ? ਹਾਂਜੀ, ਉਦਾਂ ਸੀ ਇੰਡੀਆ ਦੇ ਤੌਰ ਤੇ ਆਏ ਸੀ ਤੇ ਸਾਨੂੰ ਪਤਾ ਲੱਗ ਗਿਆ ਕਿ ਭਾਈ ਸਾਹਿਬ ਜੀ ਆ ਰਹੇ ਆ ਤੇ ਅਸੀਂ ਉਹਨਾਂ ਦੇ ਬਸ ਵੇਟਾਂ 'ਚ ਆ। ਅਕਸਰ ਹੀ ਦੇਸ਼ ਤੇ ਵਿਦੇਸ਼ ਦੇ ਵਿੱਚ ਇਹੀ ਫਰਕ ਰਹਿੰਦਾ ਹੈ। ਜਦੋਂ ਅਸੀਂ ਰੈਫਰੈਂਡਮ ਦੀ ਗੱਲ ਕਰਦੇ ਹਾਂ ਤੇ ਉਦੋਂ ਵਿਦੇਸ਼ 'ਚ ਆਵਾਜ਼ ਚੁੱਕੀ ਜਾਂਦੀ ਤੇ ਪੋਲਿੰਗ ਵੀ ਹੋ ਜਾਂਦੀ ਹੈ, ਲੇਕਿਨ ਸਾਨੂੰ ਆਪਣੇ ਦੇਸ਼ ਵਿੱਚ ਰੈਫਰੈਂਡਮ ਨਹੀਂ ਮਿਲ ਪਾ ਰਿਹਾ। ਕੀ ਲੱਗਦਾ ਕਿ ਡੈਮੋਕ੍ਰੇਸੀ ਦਾ ਕਹਾਣ ਨਹੀਂ ਲੱਗਦਾ ਤੁਹਾਨੂੰ? ਉਹ ਤਾਂ ਹੈ ਹੀ ਆ, ਇੰਡੀਆ 'ਚ ਡੈਮੋਕ੍ਰੇਸੀ ਹੈ ਹੀ ਨਹੀਂ, ਉਹ ਤਾਂ ਸ਼ਰੇਆਮ ਦਿਸਦਾ ਵਾ। ਡੈਮੋਕ੍ਰੇਸੀ ਦੇ ਬਾਹਰ ਹੈਗੀ ਆ, ਬਾਕੀ ਉਹ ਜਿਹੀ ਸਰਕਾਰ ਜਿਹੜੀ ਇੱਥੇ ਦੀ ਹੈਗੀ, ਅਸੀਂ ਕੀ ਕਰ ਸਕਦੇ ਹਾਂ? ਅਸੀਂ ਨਾਲ ਖੜੇ ਹਾਂ ਭਾਈ ਸਾਹਿਬ ਜੀ ਦੇ, ਨਾਲ ਖੜੇ ਰਵਾਂਗੇ। ਅਕਸਰ ਹੀ ਸਰਕਾਰਾਂ ਬਣਾਉਣ ਵਿੱਚ NRIs ਦਾ ਬੜਾ ਵੱਡਾ ਰੋਲ ਹੁੰਦਾ ਆ। ਕੀ ਲੱਗਦਾ ਕਿ ਹੁਣ NRIs ਜਿਹੜੇ ਆ ਅੰਮ੍ਰਿਤਪਾਲ ਦਾ ਸਾਥ ਦੇਣਗੇ? ਹਾਂਜੀ, ਜ਼ਰੂਰ ਦੇਣਗੇ। ਸਾਰੇ ਵਰਲਡ ਵਾਈਡ, ਜਰਮਨੀ, ਯੂਰਪ 'ਚ ਜਿੱਥੇ ਵੀ ਜਾਓਗੇ ਤੁਸੀਂ ਅੰਮ੍ਰਿਤਪਾਲ ਸਿੰਘ ਦੇ ਵੀਡੀਓ ਸੁਣਦੀਆਂ ਵਾ ਤੇ ਭਾਈ ਸਾਹਿਬ ਜੀ ਨਾਲ ਸਾਰੇ ਖੜੇ ਆ। ਤੇ ਜੇ ਜ਼ਰੂਰਤ ਪਈ ਤੇ ਆਨੰਦਪੁਰ ਸਾਹਿਬ ਪਹੁੰਚਿਆ ਜਾਏਗਾ ਜੀ? ਜ਼ਰੂਰ, ਜੇ ਜ਼ਰੂਰ ਪਊਗੀ ਤੇ ਸਿੰਘ ਆਉਣਗੇ ਸਾਰੇ ਉੱਥੇ। ਖਬਰ ਸੂਰਤ ਨੇ ਵੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀ ਜੀ ਫਸਟ ਓਪੀਨੀਅਨ ਕੀ ਆ ਅੰਮ੍ਰਿਤਪਾਲ ਨੂੰ ਲੈ ਕੇ, ਕਿਉਂਕਿ ਜੋ ਸੋਚ ਲੋਕਾਂ ਦੀ ਉਹ ਤਾਂ ਖਤਮ ਹੋ ਰਹੀ ਹੈ ਕਿਉਂਕਿ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਅੰਮ੍ਰਿਤਪਾਲ ਨੂੰ ਕਿਸ ਨਜ਼ਰੀਏ ਨਾਲ ਵੇਖਿਆ ਜਾਵੇ? ਕਈ ਲੋਕ ਏਜੰਸੀਆਂ ਕਹਿ ਰਹੇ ਨੇ, ਕੋਈ ਲੋਕ ਕੁਝ ਕਹਿ ਰਹੇ ਨੇ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਭਾਈ ਅੰਮ੍ਰਿਤਪਾਲ? ਨਹੀਂ, ਸਾਨੂੰ ਤਾਂ ਉਹਨਾਂ ਦੇ ਵਿਚਾਰ ਬਹੁਤ ਵਧੀਆ ਲੱਗਦੇ ਨੇ, ਸਾਡੇ ਤੋਂ ਉਤਸ਼ਾਹ ਵੱਧਦਾ ਵਾ। ਅਸੀਂ ਸਾਡੇ ਵੀਰਾਂ ਨੂੰ ਵੀ, ਹੋਰ ਭੈਣਾਂ ਨੂੰ ਵੀ ਕਹਿੰਦੇ ਆ ਕਿ ਤੁਸੀਂ ਅੰਮ੍ਰਿਤ ਛਕੋ, ਸਿੰਘ ਸਜੋ, ਤੇ ਆਪਾਂ ਨਾਲ ਭਾਈ ਸਾਹਿਬ ਜੀ ਖੜੇ ਹੋਈਏ। ਹਾਂਜੀ, ਤੇ ਤੁਸੀਂ ਬਾਹਰੋਂ ਵਿਦੇਸ਼ ਤੋਂ ਆਏ ਹੋ ਤੁਸੀਂ? ਹਾਂਜੀ, ਮੈਂ ਜਰਮਨੀ ਤੋਂ ਜੀ। ਜਰਮਨੀ ਤੋਂ ਆਏ ਸਪੈਸ਼ਲ ਤੌਰ ਤੇ ਹੁਣ ਵੀਰ ਹੁਣਾਂ ਨੂੰ ਮਿਲਣ ਵਾਸਤੇ ਪਹੁੰਚੇ? ਹਾਂਜੀ, ਉਦਾਂ ਸੀ ਇੰਡੀਆ ਦੇ ਤੌਰ ਤੇ ਆਏ ਸੀ ਤੇ ਸਾਨੂੰ ਪਤਾ ਲੱਗ ਗਿਆ ਕਿ ਭਾਈ ਸਾਹਿਬ ਜੀ ਆ ਰਹੇ ਆ ਤੇ ਅਸੀਂ ਉਹਨਾਂ ਦੇ ਬਸ ਵੇਟਾਂ 'ਚ ਆ। ਅਕਸਰ ਹੀ ਦੇਸ਼ ਤੇ ਵਿਦੇਸ਼ ਦੇ ਵਿੱਚ ਇਹੀ ਫਰਕ ਰਹਿੰਦਾ ਹੈ। ਜਦੋਂ ਅਸੀਂ ਰੈਫਰੈਂਡਮ ਦੀ ਗੱਲ ਕਰਦੇ ਹਾਂ ਤੇ ਉਦੋਂ ਵਿਦੇਸ਼ 'ਚ ਆਵਾਜ਼ ਚੁੱਕੀ ਜਾਂਦੀ ਤੇ ਪੋਲਿੰਗ ਵੀ ਹੋ ਜਾਂਦੀ ਹੈ, ਲੇਕਿਨ ਸਾਨੂੰ ਆਪਣੇ ਦੇਸ਼ ਵਿੱਚ ਰੈਫਰੈਂਡਮ ਨਹੀਂ ਮਿਲ ਪਾ ਰਿਹਾ। ਕੀ ਲੱਗਦਾ ਕਿ ਡੈਮੋਕ੍ਰੇਸੀ ਦਾ ਕਹਾਣ ਨਹੀਂ ਲੱਗਦਾ ਤੁਹਾਨੂੰ? ਉਹ ਤਾਂ ਹੈ ਹੀ ਆ, ਇੰਡੀਆ 'ਚ ਡੈਮੋਕ੍ਰੇਸੀ ਹੈ ਹੀ ਨਹੀਂ, ਉਹ ਤਾਂ ਸ਼ਰੇਆਮ ਦਿਸਦਾ ਵਾ। ਡੈਮੋਕ੍ਰੇਸੀ ਦੇ ਬਾਹਰ ਹੈਗੀ ਆ, ਬਾਕੀ ਉਹ ਜਿਹੀ ਸਰਕਾਰ ਜਿਹੜੀ ਇੱਥੇ ਦੀ ਹੈਗੀ, ਅਸੀਂ ਕੀ ਕਰ ਸਕਦੇ ਹਾਂ? ਅਸੀਂ ਨਾਲ ਖੜੇ ਹਾਂ ਭਾਈ ਸਾਹਿਬ ਜੀ ਦੇ, ਨਾਲ ਖੜੇ ਰਵਾਂਗੇ। ਅਕਸਰ ਹੀ ਸਰਕਾਰਾਂ ਬਣਾਉਣ ਵਿੱਚ NRIs ਦਾ ਬੜਾ ਵੱਡਾ ਰੋਲ ਹੁੰਦਾ ਆ। ਕੀ ਲੱਗਦਾ ਕਿ ਹੁਣ NRIs ਜਿਹੜੇ ਆ ਅੰਮ੍ਰਿਤਪਾਲ ਦਾ ਸਾਥ ਦੇਣਗੇ? ਹਾਂਜੀ, ਜ਼ਰੂਰ ਦੇਣਗੇ। ਸਾਰੇ ਵਰਲਡ ਵਾਈਡ, ਜਰਮਨੀ, ਯੂਰਪ 'ਚ ਜਿੱਥੇ ਵੀ ਜਾਓਗੇ ਤੁਸੀਂ ਅੰਮ੍ਰਿਤਪਾਲ ਸਿੰਘ ਦੇ ਵੀਡੀਓ ਸੁਣਦੀਆਂ ਵਾ ਤੇ ਭਾਈ ਸਾਹਿਬ ਜੀ ਨਾਲ ਸਾਰੇ ਖੜੇ ਆ। ਤੇ ਜੇ ਜ਼ਰੂਰਤ ਪਈ ਤੇ ਆਨੰਦਪੁਰ ਸਾਹਿਬ ਪਹੁੰਚਿਆ ਜਾਏਗਾ ਜੀ? ਜ਼ਰੂਰ, ਜੇ ਜ਼ਰੂਰ ਪਊਗੀ ਤੇ ਸਿੰਘ ਆਉਣਗੇ ਸਾਰੇ ਉੱਥੇ।